ਪਟਿਆਲਾ ਵਿਖੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਰੈਲੀ ਰੱਖੀ ਗਈ ਜਿਸ ਵਿੱਚ ਕੇਜਰੀਵਾਲ ਦੇ ਨਾਲ ਨਿਰਾਸ਼ ਤੇ ਛੋਟੇਪੁਰ ਦੇ ਸਮਰਥਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਮੀਡੀਆ ਨੂੰ ਸੰਬੋਧਨ ਹੁੰਦਿਆਂ ਛੋਟੇਪੁਰ ਨੇ ਕੇਜਰੀਵਾਲ ਤੇ ਜੰਮ ਕੇ ਨਿਸ਼ਾਨੇ ਸਾਧੇ। 12 ਦਿਨ ਉਹ ਵਪਾਸਰਾਂ ਤੋਂ ਆਣ ਕੇ ਵੀ ਮੈਂ ਟੈਲੀਫੋਨ ਵੀ ਕਰਦਾ ਰਿਹਾ, ਮੈਂ SMS ਵੀ ਕੀਤੇ ਆ ਉਹਨਾਂ ਕੋਲ, ਟਾਈਮ ਵੀ ਮੰਗਿਆ, ਟਾਈਮ ਨਹੀਂ ਦਿੱਤਾ। ਇਨ ਦੀ ਮੀਨ ਟਾਈਮ ਦੂਜੀ ਲਿਸਟ ਰਿਲੀਜ਼ ਕਰ ਦਿੱਤੀ। ਉਹਦੇ ਤੋਂ 32 ਦੇ ਵਿੱਚੋਂ 20 ਬੰਦੇ ਇਹੋ ਜਿਹੇ ਨੇ ਜਿਨ੍ਹਾਂ 'ਤੇ ਕਿਸੇ 'ਤੇ ਤਾਂ ਹੈਗਾ ਮਾਲ ਟਰਪਿਚੂਡ ਦਾ ਕੇਸ, ਕਿਸੇ 'ਤੇ ਲੈਂਡ ਗ੍ਰੈਬਰ ਦਾ ਕੇਸ ਹੈ, ਕਿਸੇ 'ਤੇ ਗੁਰੂ ਦੀ ਗੋਲਕ ਚੋਰੀ ਕਰਨ ਦਾ ਕੇਸ ਹੈ, ਕਿਸੇ 'ਤੇ ਉਹ ਬੰਦੇ ਹਾਲੀ ਪਾਰਟੀ ਦੇ ਵਿੱਚ ਆਏ ਵੀ ਨਹੀਂ ਔਰ ਉਹ ਟਿਕਟ ਲੈ ਗਏ ਆ। ਇਸ ਤਰ੍ਹਾਂ ਦੇ 20-22 ਬੰਦੇ ਆ ਜੋ ਦਿੱਲੀ ਦੇ ਵਿੱਚ ਗੰਦ ਪਿਆ ਹੋਇਆ। ਦਿੱਲੀ ਦੇ ਵਿੱਚ ਤਾਂ ਕੇਜਰੀਵਾਲ ਨੇ, ਇਕੱਲਾ ਕੇਜਰੀਵਾਲ ਕਹਿੰਦਾ ਵੀ ਦੇਸ਼ 'ਚ ਸਭ ਤੋਂ ਸਿਆਣਾ ਬੰਦਾ ਮੈਂ ਹੀ ਹਾਂ, ਬਾਕੀ ਮੇਰੇ ਕਾਬਲ ਬੰਦਾ ਕੋਈ ਮੇਰੇ ਲੈਵਲ ਦਾ ਹੈ ਨਹੀਂ। ਉਹ ਜਿਹਨੂੰ ਮਰਜ਼ੀ ਇਮਾਨਦਾਰੀ ਦਾ ਸਰਟੀਫਿਕੇਟ ਦੇ ਦਿੰਦਾ, ਜਿਹਨੂੰ ਮਰਜ਼ੀ ਬੇਈਮਾਨੀ ਦਾ ਸਰਟੀਫਿਕੇਟ ਦੇ ਦਿੰਦਾ। ਸਾਰੀਆਂ ਦਿੱਲੀ ਦੀਆਂ ਟਿਕਟਾਂ ਉਹਦੇ ਦੇਖ ਦੇਖ ਥੱਲੇ ਵੰਡੀਆਂ ਗਈਆਂ ਸੀ। ਅੱਧੀ ਉਹਦੀ ਕੈਬਨਿਟ ਜਿਹੜੀ ਆ ਕੋਈ ਸੈਕਸ ਰੈਕਟ 'ਚ ਫਸ ਗਿਆ, ਕੋਈ ਆਪਣੀ ਬੀਵੀ ਨੂੰ ਕੁੱਟਣ 'ਚ ਫਸ ਗਿਆ, ਕੋਈ ਝੂਠੀ ਡਿਗਰੀ 'ਚ ਫਸ ਗਿਆ, 8-10 MLA ਵਜ਼ੀਰ ਉਹਦੇ ਜਿਹੜੇ ਆ ਉਹ ਅੰਦਰ ਜਾਏ ਵੱਖ ਵੱਖ ਕੇਸਾਂ ਦੇ ਵਿੱਚ। ਅਸੀਂ ਚਾਹੁੰਦੇ ਸਾਂ ਵੀ ਜਿਹੜਾ ਗੰਦ ਦਿੱਲੀ 'ਚ ਪਿਆ ਉਹ ਇੱਥੇ ਨਾ ਪਏ। ਪੰਜਾਬੀ ਜਿਹੜੇ ਆ ਉਹ ਇੰਟੈਲੀਜੈਂਟ ਨੇ, ਦਲੇਰ ਨੇ, ਰਾਜਪਾਕ ਕਰਨਾ ਸਭ ਨੂੰ ਆਉਂਦਾ। ਛੋਟੇਪੁਰ ਨਾਲ ਉਹਨੂੰ ਕੋਈ ਗਿਲਾ ਹੋ ਸਕਦਾ, ਬਾਕੀ ਪੰਜਾਬ ਦੇ ਵਿੱਚ ਕੋਈ ਕੈਪੇਬਲ ਬੰਦਾ ਨਹੀਂ ਸੀਗਾ। ਹੁਣ ਉਹਨੇ ਆਣ ਕੇ ਇੱਥੇ ਕਹਿ ਦਿੱਤਾ ਜੀ ਵੀ ਮੈਂ ਇਟਲੀ ਤੋਂ ਜਦੋਂ ਤੁਰਿਆ ਰੋਮ ਤੋਂ ਆਇਆ, ਜਾਂਦਿਆਂ ਮੈਂ ਕਮਾਂਡ ਸੰਭਾਲ ਲਵਾਂਗਾ। ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ 52 ਬੰਦੇ ਸੀ ਉਹ ਦਿੱਲੀ ਦੇ ਸੀ, ਕਿੱਥੋਂ ਸੀਗੇ? ਪਹਿਲਾਂ ਵੀ ਤਾਂ ਕਮਾਂਡ ਤੇਰੇ ਕੋਲ ਸੀ, ਦਰਗੇਸ਼ ਸੰਜੇ ਸਿੰਘ ਜਿੰਨੇ ਥੱਲੇ ਫੌਜ ਆ ਉਹ ਇਹਦੀ ਫੌਜ ਸੀਗੀ। ਹੁਣ ਉਹਨੇ ਆਣ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿੱਧਾ ਜਾਵਾਂਗਾ, ਜਾਂਦਿਆਂ ਮੈਂ ਕਮਾਂਡ ਆਪਣੇ ਹੱਥ 'ਚ ਲੈ ਲਵਾਂਗਾ। ਇਮੋਸ਼ਨਲ ਗੱਲਾਂ ਕਰਦਾ, ਉਹ ਨੈਗੇਟਿਵਿਟੀ ਨੂੰ ਪੋਜ਼ਿਟਿਵ 'ਚ ਬਦਲਣ ਦਾ ਐਕਸਪਰਟ ਆ। ਉਹ ਆਇਆ ਇੱਥੇ ਆਣ ਕੇ ਕਹਿੰਦਾ ਜੀ ਮੈਂ ਬਾਦਲ ਨੂੰ ਕਾਲਰੋਂ ਫੜ ਕੇ ਅੰਦਰ ਦੇ ਦਿਆਂਗਾ, ਮੇਰੀ ਸਰਕਾਰ ਜਿੱਦਣ ਆਈ। ਮੈਂ ਉਹਨੂੰ ਪੁੱਛਣਾ ਚਾਹੁੰਦਾ ਭਾਈ ਸਾਹਿਬ ਜੀ ਤੁਸੀਂ ਇਹੋ ਗੱਲਾਂ ਦਿੱਲੀ 'ਚ ਕਰਦੇ ਸੀ ਵੀ ਮੇਰੀ ਸਰਕਾਰ 5 ਸਾਲ ਲਈ ਪੱਕੀ ਕਰੋ, ਮੇਰੇ ਬੰਦੇ ਜਿਤਾਓ ਤਾਂ ਮੈਂ ਸ਼ੀਲਾ ਦੀਕਸ਼ਿਤ ਨੂੰ ਫੜ ਕੇ ਅੰਦਰ ਦਿਆਂਗਾ। 1.5 ਸਾਲ ਹੋ ਗਿਆ ਉਸ ਬੀਬੀ ਰਾਣੀ ਵੱਲ ਤੱਕ ਵੀ ਨਹੀਂ ਸਕਿਆ। ਬਾਦਲ ਵੱਲ ਤੂੰ ਨਹੀਂ ਤੱਕਣਾ, ਬਾਦਲ ਦੇ ਵੱਲ ਪੰਜਾਬ ਦੇ ਲੋਕਾਂ ਨੇ ਤੱਕਣਾ ਜਿਸ ਪੰਜਾਬ ਨੂੰ ਬਾਦਲ ਨੇ ਬਰਬਾਦ ਕੀਤਾ ਵਾ। ਇਸ ਕਰਕੇ ਇਹ ਤਰ੍ਹਾਂ ਤਰ੍ਹਾਂ ਦੀਆਂ ਝੂਠੀਆਂ ਖੋਣਾ ਉਹਨੇ ਕਹਿ ਦਿੱਤਾ ਜੀ ਮੈਂ ਅੰਮ੍ਰਿਤਸਰ ਅਤੇ ਅਨੰਦਪੁਰ ਨੂੰ ਹੋਲੀ ਸਿਟੀ ਡਿਕਲੇਅਰ ਕਰ ਦਿਆਂਗਾ। ਭਲਿਆ ਮਾਨਸਾ, ਇਹ ਹੋਲੀ ਸਿਟੀ ਤਾਂ ਪਹਿਲਾਂ ਡਿਕਲੇਅਰ ਹੋਇਆ ਹੋਇਆ, ਇੰਪਲੀਮੈਂਟ ਕਰਨ ਦੀ ਲੋੜ ਆ। ਆਣ ਸਾਡਾ ਇਹ ਆ ਵੀ ਅਸੀਂ ਜਿਹੜਾ ਉਹਨੇ ਝੂਠ ਲੋਕਾਂ ਨਾਲ ਬੋਲਿਆ ਸੀ, ਪੰਜਾਬ ਦੇ ਲੋਕਾਂ ਨਾਲ ਸੁਪਨੇ ਸਿਖਾਏ ਸੀ, ਉਹ ਤਾਂ ਨਹੀਂ ਦੱਸ ਸਕਿਆ। ਪੰਜਾਬ ਸਾਡੀ ਧਰਤੀ ਆ, ਉਹ ਇੱਥੇ ਆਣ ਕੇ ਤਾਂ SYL ਦੀ ਗੱਲ ਕਰਦਾ, ਜਦੋਂ ਦਿੱਲੀ ਚੱਲ ਜਾਂਦਾ ਉਦੋਂ ਪਾਣੀਆਂ ਦਾ ਮਸਲਾ ਛੱਡ ਜਾਂਦਾ ਵਾ। ਉਹ ਇੱਥੇ ਤਾਂ ਆਣ ਕੇ ਹੋਲੀ ਸਿਟੀ ਬਣਾਉਂਦਾ ਵਾ, ਉੱਥੇ ਸੀਸਗੰਜ ਦੇ ਦੁਆਲੇ ਉੱਥੋਂ ਬਣਾਇਆ। 2 ਕਿਲੋਮੀਟਰ ਦਾ ਏਰੀਆ ਰਕਾਬਗੰਜ ਸਾਹਿਬ ਦੇ, 2 ਕਿਲੋਮੀਟਰ ਦਾ ਸੀਸਗੰਜ ਸਾਹਿਬ ਦੇ, 2 ਕਿਲੋਮੀਟਰ ਦਾ ਬੰਗਲਾ ਸਾਹਿਬ ਦੇ, ਉਹ ਪਵਿੱਤਰ ਸ਼ਹਿਰ ਕਰਾਰ ਦੇਵੇ। ਇਹਦੇ ਕੋਲ ਉੱਥੇ ਸਰਕਾਰ ਆ, ਇਹ ਲੋਕਾਂ ਨੂੰ ਸੁਪਨੇ ਵਿਖਾਉਂਦਾ ਵਾ। 16 ਤਰੀਕ ਤੱਕ ਤਾਂ ਮੈਂ ਲੋਕਾਂ ਨਾਲ ਕਮਿਟਡ ਹਾਂ। ਜਿਸ ਤਰੀਕੇ ਦੇ ਨਾਲ ਮੇਰੀ ਪਾਰਟੀ ਨੇ ਮੈਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਤਾਂ ਪੰਜਾਬ ਦੀ ਜਨਤਾ ਨੇ ਔਰ ਸਾਡੇ ਜਿਹੜੇ ਵਰਕਰ ਨੇ ਉਹਨਾਂ ਨੇ ਮੈਨੂੰ ਸੇਵ ਕੀਤਾ, ਪਰਮਾਤਮਾ ਨੇ ਸੇਵ ਕੀਤਾ। ਮੈਂ ਉਸੇ ਦਿਨ ਪਹਿਲੀ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਮੈਂ ਆਪਣੇ ਵਰਕਰਸ ਦੇ ਕੋਲ ਜਾਵਾਂਗਾ, ਉਹ ਮੇਰੇ ਮਾਸਟਰ ਨੇ, ਉਹ ਮੇਰੇ ਉਸਤਾਦ ਨੇ, ਉਹ ਮੇਰਾ ਸਰਮਾਇਆ, ਜੋ ਮੈਨੂੰ ਉਹ ਆਦੇਸ਼ ਕਰਨਗੇ ਉਹਦੇ ਮੁਤਾਬਕ ਮੈਂ ਆਪਣਾ ਫੈਸਲਾ ਕਰਾਂਗਾ। 16 ਤਰੀਕ ਤੱਕ ਮੇਰੀਆਂ ਵਰਕਰਸ ਮੀਟਿੰਗ ਚੱਲ ਰਹੀਆਂ ਨੇ, 16 ਤੋਂ ਬਾਅਦ ਮੈਂ ਸਾਰਾ ਆਪਣਾ ਪਲਾਨ ਜਿਹੜਾ ਉਹ ਤੁਹਾਨੂੰ ਦੱਸ ਦਾਂਗਾ। ਮੇਰੀਆਂ ਐਫਰਟਸ ਨੇ ਕਿ ਪੰਜਾਬ ਦੇ ਵਿੱਚ ਸਾਫ਼ ਸੁਥਰੇ ਚਿਹਰੇ, ਇਮਾਨਦਾਰ ਬੰਦੇ ਇਕੱਠੇ ਕਰਕੇ ਜੋ ਮੈਨੂੰ ਪੰਜਾਬ ਦੇ ਲੋਕ ਆਦੇਸ਼ ਕਰਨ ਦੇਣਗੇ ਉਹਦੇ ਮੁਤਾਬਕ ਆਪਾਂ ਕੰਮ ਕਰਾਂਗੇ। ਹੁਣ ਸਮੇਂ ਦੌਰਾਨ ਕੇਜਰੀਵਾਲ ਨਾਲ ਕੋਈ ਸੰਪਰਕ ਹੋਇਆ? ਬਿਲਕੁਲ ਨਹੀਂ ਜੀ। ਕੋਈ ਤੁਸੀਂ ਕਰਨਾ ਚਾਹੁੰਦੇ ਸੰਪਰਕ? ਮੈਂ ਉਹਨਾਂ ਕਰ ਸੰਪਰਕ, ਮੈਂ ਤੁਹਾਨੂੰ ਮਾਰ ਦਵਾਂ, ਤੁਹਾਨੂੰ ਇਨਵੀਟੇਸ਼ਨ ਦੇ ਆਵੇ ਤੁਸੀਂ ਮੈਨੂੰ ਪੋਲੀਟੀਕਲੀ ਉਹਨੇ ਕਤਲ ਕੀਤਾ ਵਾ ਤੇ ਉਹਦੀ ਹਿੰਮਤ ਨਹੀਂ ਪੈਂਦੀ ਮੇਰੇ ਤੱਕ ਆਉਣ ਦੀ। ਜਿਵੇਂ ਆਮ ਆਦਮੀ ਕੈਬ ਪਾਰਟੀ ਇਹ ਕਹਿ ਰਹੀ ਆ ਵੀ ਉਹ ਤੁਹਾਡੀ ਹਲੇ ਮੈਂਬਰਸ਼ਿਪ ਖਾਰਜ ਨਹੀਂ ਕੀਤੀ ਉਹਨਾਂ ਨੇ, ਉਹ ਰੱਖ ਸਕਦੇ ਨਹੀਂ, ਉਹ ਲੋਕਾਂ ਦੀ ਸਿਫਤੀ ਲੈਣ ਲਈ ਇਹੋ ਜਿਹੇ ਡਰਾਮੇ ਰਚਦਾ ਵਾ। ਡਾਕਟਰ ਗਾਂਧੀ ਹੋਰਾਂ ਨਾਲ ਜਾਂ ਸਿੱਧੂ ਹੋਰਾਂ ਨਾਲ ਕੁਝ ਅਲਾਈਅੰਸ ਦਾ ਐਲਾਨ ਕਰਨਾ ਕਿਵੇਂ ਜੀ? ਸਭ ਨਾਲ ਕੋਸ਼ਿਸ਼ ਕਰਾਂਗਾ ਜਦੋਂ ਮੈਨੂੰ 16 ਤਰੀਕ ਨੂੰ ਮੇਰੇ ਮਾਸਟਰ ਹੁਕਮ ਦੇ ਦੇਣਗੇ, 16 ਤਰੀਕ ਤੋਂ ਬਾਅਦ। ਬਿਊਰੋ ਰਿਪੋਰਟ, D5 ਮੀਡੀਆ।